ਤਲੀਆਂ ਵਜਾਉਂਦਾ ਜਾਊਂ, ਬਹਿ ਜਾ ਮੇਰੇ ਸਾਈਕਲ ਤੇ, ਪਾਉ ਪਾਉ ਵਜਾਉਂਦਾ ਜਾਊਂ। ਆ ਜਾਓ ਜੀ ਦੁੱਧ ਪਾ ਲਓ। ਲਓ ਜੀ ਵੇ ਦੋਦੀਆ, ਕਿਹੋ ਜਿਹਾ ਦੁੱਧ ਦੇਣ ਲੱਗ ਗਿਆ? ਦੁੱਧਾਂ ਵਰਗਾ ਦੁੱਧ ਹੋਰ ਤੋਤੇ ਰੰਗਾ ਹੈ। ਤੇਰਾ ਦੁੱਧ ਜਮਾ ਸੋਹਣਾ ਨਹੀਂ ਹੁੰਦਾ। ਕੋਈ ਨੀ, ਕੱਲ ਨੂੰ ਮੇਕਅਪ ਕਰ ਲਿਓ, ਤੁਹਾਡੇ ਵਾਂਗੂ ਇਹ ਵੀ ਸੋਹਣਾ ਹੋ ਜੂ। ਨਾ ਗੱਲ ਸੁਣ, ਦੁੱਧ 'ਚ ਪਾਣੀ ਘੱਟ ਪਾਇਆ ਕਰ, ਜਮਾ ਮਲਾਈ ਨਹੀਂ ਆਉਂਦੀ। ਓ ਪਾਣੀ ਵਾਲਾ ਦੁੱਧ ਵੀ ਕਿਆ ਹਾਲ ਹੈ ਤੁਹਾਡਾ, ਜੇ ਮਲਾਈਆਂ ਖਾਣ ਲੱਗ ਗਈ ਕੀ ਹਾਲ ਹੋਊ? ਮੈਨਾਂ ਫਾਲਤੂ ਗੱਲ ਨਾ ਕਰ, ਦੁੱਧ ਪਾਤਾ ਚੱਲਦਾ ਬਣ। ਓ ਬੀਬਾ ਪੈਸੇ ਦੇ ਦਿਆ ਕਰੋ, ਹਰੇਕ ਬਾਰੀ ਲੰਬਾ ਹੀ ਨਾ ਦਿਆ ਕਰੋ। ਹਾਂ ਮਲਾਈਆਂ ਖਾ ਕੇ ਪਤਾ ਨਹੀਂ ਕਿਹੜੀ ਕੁਸ਼ਤੀ ਕਰਨੀ ਹੈ ਨੇ ਵੱਡੀ। ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਧੋਣ ਦੇ ਬਹਾਨੇ ਆ ਜਾਣੀ, ਮਿੱਤਰਾਂ ਦੇ ਟਿਊਬਵੈਲ ਤੇ। ਕਿਵੇਂ ਨਿੰਮੋ? ਠੀਕ ਆ। ਮੈਂ ਤਾਂ ਭੌਂਪੂ ਵੀ ਹੌਲੀ ਵਜਾਉਣਾ, ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪਾਉਣ ਆ ਜੇ। ਜ਼ਿਆਦਾ ਗੱਲਾਂ ਨਾ ਕਰ, ਫਟਾਫਟ ਦੁੱਧ ਪਾ, ਕਿਤੇ ਮੇਰਾ ਡੈਡੀ ਆ ਜੇ। ਓ ਕੋਈ ਨਾ, ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ। ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ, ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਂਦਾ। ਜੇ ਤੇਰੀਆਂ ਗੱਲਾਂ ਮੇਰੇ ਡੈਡੀ ਨੇ ਸੁਣ ਲਈਆਂ ਨਾ, ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ, ਫੇਰ ਤੈਨੂੰ ਕਿਸੇ ਨੇ ਬੇਰਾਂ ਵੱਟੀ ਨਹੀਂ ਪਛਾਣਨਾ। ਗੱਲ ਸੁਣੋ ਦੋਜੀਆ, ਹਾਂਜੀ, ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ? ਉਹ ਭਾਂਡਾ ਗਿੱਲਾ ਸੀਗਾ ਜੀ, ਉਹ ਸੁਕਾ ਰਹੇ ਸੀ। ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਹਾ ਸੀ ਤੂੰ? ਫਿਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ। ਕਿਉਂ, ਭਾਂਡਾ ਲੱਸੀ ਨਾਲ ਧੋਇਆ ਹੋਇਆ ਜਿਹੜਾ ਜਾਗ ਲੱਗ ਜੂ ਦੁੱਧ ਨੂੰ? ਹੈ ਲਿਆ ਕੁੜੀਏ ਫੜਾ ਪਤੀਲਾ, ਚੱਲ ਅੰਦਰ ਤੂੰ। ਚਾਚਾ ਤੇਰੇ ਨੀ ਪਤਾ ਲੱਗਦਾ, ਕਦੇ ਕਹਿਣਾ ਦੁੱਧ ਚ ਪਾਣੀ ਪਾਉਣਾ, ਕਦੇ ਕੁਛ ਕਦੇ ਕੁਛ। ਗੱਲ ਸੁਣ ਮੇਰੀ ਧਿਆਨ ਨਾਲ, ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ, ਨਹੀਂ ਨਾਸਾ ਭਾਂਦੂ ਮੈਂ ਤੇਰੀਆਂ। ਹਾਂ ਜੇ ਭਾਂਡਿਆਂ ਤੱਕ ਪੁੱਜਿਆ ਤਾਂ, ਨਹੀਂ ਕਿਸੇ ਦਿਨ ਮੈਂ ਭਾਂਡੇ ਚ ਬਾਲ ਕੇ ਰੱਖ ਦੂ ਤੈਨੂੰ। ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ, ਤੂੰ ਲਾਹਨ ਤਾਂ ਹੀ ਪਾਈ ਜਾਣਾ। ਵੈਸੇ ਵੀ ਜਿਹੜੇ ਬੰਦੇ ਕੋਲ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ। ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ? ਆ ਦੁੱਧ ਨਾ ਡੋਲੋ, ਜੇ ਮੇਰੇ ਕੋਲ ਹੋਰ ਹੈ ਵੀ ਨਹੀਂ, ਫਿਰ ਮਾਰੂ ਚਾਹ ਹੀ ਪੀਓਗੇ। ਆਹੋ ਇਹ ਕਾਹਨੂੰ ਬਚਾਇਆ, ਉਹੀ ਬਚ ਗਿਆ ਸੀ। ਮੈਂ ਕਿਹਾ ਜਨਾਬ ਇਹ ਤਾਂ ਭਲਾ ਮਾਸ ਬੰਦਾ ਹੈ, ਮੈਂ ਕਿਹਾ ਰੱਬ ਦਾ ਦਿੱਤਾ, ਇਹਦੇ ਕੋਲ ਸਭ ਕੁਛ ਹੈ। ਮੈਂ ਤੁਹਾਨੂੰ ਦੱਸਾਂ, ਮੈਂ ਕਿਹਾ 30 ਕਿੱਲਿਆਂ ਦਾ ਮਾਲਕ ਹੈ ਇਹ ਤਾਂ ਵਰਦੀ, ਇਹਨੇ ਭਲਾਈ ਦੇ ਕੰਮਾਂ ਵਾਸਤੇ ਪਾਈ ਹੈ। ਮੈਂ ਤੁਹਾਨੂੰ ਦੱਸਾਂ, ਆਏ ਹੋਏ ਜੇ ਕਿਤੇ ਮੇਰੇ ਕੋਲ ਹੁੰਦਾ 2.5-2 ਕਿੱਲੇ, ਮੈਂ ਸਵਾਦ ਆ ਜਾਂਦਾ। ਨਹੀਂ ਗੱਲ ਹੈ ਇੱਕ, ਸ਼ਟ ਅਪ, ਗੈਟ ਆਊਟ, ਬਾਹਰ ਚੱਲ। ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ, ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ। ਓ ਮੱਕਣ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਰੁਕ ਰੁਕ, ਸਤਿ ਸ਼੍ਰੀ ਅਕਾਲ। ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 2,500 ਰੁਪਏ। ਹਾਂਜੀ ਆ 2,000 ਰੱਖ ਲੈ, 500 ਅਗਲੇ ਮਹੀਨੇ ਲੈ ਲਈ। ਨਹੀਂ ਚਾਚਾ ਤੁਸੀਂ ਐ ਕਰੋ, ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ। ਕਿਉਂ, ਤੂੰ ਫੁੱਫੜ ਲੱਗਦਾ ਨਿੰਮੋ ਦਾ ਜਿਹੜਾ ਕੱਪੜੇ ਸਵਾ ਕੇ ਦੇਗਾ? ਰੱਖ ਆਪਣੇ ਪੈਸੇ, ਲੱਗਦਾ ਤੁਹਾਡੇ ਘਰ ਦਾ ਪ੍ਰਾਹੁਣਾ ਹੀ। ਹਾਂ ਹਾਂ ਕੁਛ ਨਹੀਂ ਜੀ, ਤੁਸੀਂ ਰੱਖੋ ਜੀ, ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ। ਉਹ ਗੱਲ ਸੁਣੋ ਏ ਦੋਜੀਆ, ਮੇਰਾ ਨਾਂ ਹੀ ਸਾਧੂ ਹੈ, ਮੈਂ ਊਂ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫੇਰਾ। ਆਪਣੇ ਪੈਸੇ ਫੜ ਤੂੰ। ਚਲੋ ਐ ਕਰੋ ਜੀ, ਫਿਰ 101 ਰੁਪਇਆ ਦੇ ਦੋ। ਮੈਂ ਦੁੱਧ ਦੇ ਪੈਸੇ ਦੇਣੇ ਹੈ, ਕੋਈ ਸ਼ਗਨ ਨਹੀਂ ਪਾਣਾ। ਚਲੋ ਫਿਰ 2 ਮਹੀਨੇ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨ ਹੀ ਮੈਨੂੰ। ਖਰਚਾ ਤੇਰੀ, ਖਰਚਾ ਹੁਣ ਜਾਈ ਨਾ, ਖਰਚਾ ਹੱਥ ਨਹੀਂ ਛੱਡਦਾ। ਓ ਕਿਵੇਂ ਨਿੰਮੋ ਰਾਣੀਏ, ਅੱਜ ਤਾਂ ਬੜੀ ਦੁੱਧ ਵਾਂਗੂ ਨਿਕਰੀ ਫਿਰਦੀਆਂ ਹੈ।
ਵੇ ਦੋਜੀ ਆ, ਕਦੇ ਤਾਂ ਦੁੱਧ ਤੋਂ ਬਾਹਰ ਆ, ਕਦੇ ਮੇਰਾ ਡੈਡੀ ਤੈਨੂੰ ਦੁੱਧ ਚ ਪਾ ਕੇ ਰਿੜਕ ਦੂ। ਫੇਰ ਕੀ ਹੋ ਗਿਆ, ਮੱਖਣ ਨਿਕਲੇ ਉਸ ਅਗਾਂ ਖਾ ਲਿਆ ਕਰੀ, ਅੰਦਰ ਹੀ ਬੋਲੂ ਤੇਰੇ। ਇੱਧਰ ਨੇੜੇ ਤਾਂ ਹੋ ਜਾ, ਦੋ ਪਿਆਰ ਦੀਆਂ ਗੱਲਾਂ ਤਾਂ ਕਰ ਲੈ ਮੇਰੇ ਨਾਲ। ਪਿਆਰ ਦੀਆਂ ਗੱਲਾਂ ਕਰਨ ਨੂੰ ਤਾਂ ਮੇਰਾ ਵੀ ਬਹੁਤ ਜੀ ਕਰਦਾ, ਪਰ ਹੁਣ ਤੂੰ ਜਾ। ਕਿਉਂ? 11 ਵਜ ਗਏ, ਮੇਰੇ ਡੈਡੀ ਆਉਣ ਵਾਲੇ ਨੇ। ਤੇਰਾ ਡੈਡੀ ਹੈ ਕਿ ਮਿੰਨੀ ਬੱਸ ਹੈ ਜਿਹੜਾ ਟਾਈਮ ਤੇ ਆਉਂਦਾ? ਮਿੰਨੀ ਬੱਸ ਦਾ ਤਾਂ ਮੈਨੂੰ ਪਤਾ ਨਹੀਂ, ਜੇ ਮੇਰੇ ਡੈਡੀ ਨੇ ਤੇਰੇ ਕੰਨ ਤੇ ਵਜਾਈਆਂ ਨਾ, ਤੇਰੀ ਬੱਸ ਹੋ ਜੂ। ਜਾ। ਸਤਿ ਸ਼੍ਰੀ ਅਕਾਲ ਜੀ, ਪੈਰੀ ਪੈਣਾ ਜੀ। ਲੱਗਦਾ ਪੈਰੀ ਪੈਂਦੇ ਦਾ ਤੈਨੂੰ ਕਿੰਨੀ ਵਾਰ ਸਮਝਾਇਆ ਬਈ, ਤੂੰ ਬਾਹਰ ਹੀ ਰਿਹਾ ਕਰ ਦਰਵਾਜੇ ਤੋਂ, ਅੰਦਰ ਨਾ ਵੜਿਆ ਕਰ, ਨਾ ਇਸ ਵੇਲੇ ਦੁੱਧ ਪਾਉਣ ਦਾ ਟਾਈਮ ਹੈ। ਅੱਜ ਦੁੱਧ ਪਾਉਣ ਨਹੀਂ ਆਇਆ ਜੀ, ਅੱਜ ਤਾਂ ਰਿਸ਼ਤੇਦਾਰੀ ਪਾਉਣ ਆਇਆ ਜੀ। ਹਾਂਜੀ, ਅਜੇ ਫਿਰ ਮੈਨੂੰ ਪੱਕਾ ਪਤਾ ਸੀ ਬਈ ਮੇਰਾ ਅੜਿਆ ਗੱਡਾ ਤੂੰ ਹੀ ਕੱਢੇਗਾ। ਮੈਂ ਤਾਂ ਗੁੱਡੀ ਵੀ ਕੱਢਣ ਨੂੰ ਫਿਰਦਾ ਜੀ। ਹਾਂਜੀ, ਕੁਛ ਨੀ ਜੀ। ਅੱਛਾ ਇਹ ਦੱਸ, ਉਹ ਜਿਹੜੀ ਕੁੜੀ ਤੂੰ ਮੇਰੇ ਵਾਸਤੇ ਦੇਖ ਰਿਹਾ ਉਹ ਫਿੱਟ ਹੈ? ਮੈਂ ਤੁਹਾਡੀ ਨੀ ਜੀ, ਆਪਣੇ ਰਿਸ਼ਤੇ ਦੀ ਗੱਲ ਕਰਨ ਆਇਆ। ਆਪਣੇ ਰਿਸ਼ਤੇ ਦੀ ਗੱਲ ਕਰਨ ਆਇਆ ਤਾਂ ਆਪਣੇ ਘਰ ਕਰ, ਇੱਥੇ ਕੀ ਕਰਨ ਆ ਗਿਆ ਤੂੰ? ਨਹੀਂ ਜੀ, ਮੈਂ ਆਪਣੇ ਵੱਲੋਂ ਤੁਹਾਡੇ ਰਿਸ਼ਤੇ ਦੀ ਗੱਲ ਕਰਨ ਆਇਆ ਜੀ। ਅੱਛਾ ਅੱਛਾ, ਇੱਕ ਗੱਲ ਤਾਂ ਦੱਸ ਮੱਖਣਾ। ਹਾਂਜੀ। ਕੁੜੀ ਦੀ ਉਮਰ ਕੀ ਹੈ? 38 ਜੀ। ਮੈਂ ਉਮਰ ਪੁੱਛੀ ਹੈ, ਕਮਰ ਨਹੀਂ ਪੁੱਛੀ। ਉਮਰ ਤਾਂ 38 ਹੈ ਜੀ, ਕਮਰ 48 ਹੈ। ਪਰ ਕਿੰਨਾ ਕੁੜੀ ਦਾ? ਤੁਸੀਂ ਤੋਲ ਕੇ ਰਿਸ਼ਤਾ ਕਰਦੇ ਹੋ ਜੀ? ਨਹੀਂ, ਇਹ ਵੀ ਤਾਂ ਦੇਖਣਾ ਹੁੰਦਾ ਬਈ ਮੇਰੀ ਸਾਈਕਲ ਚੱਲੇਗੀ ਉਹ ਤਾਂ ਪਾਰ ਕੇ ਨਹੀਂ। ਕੋਈ ਨਾ ਜੀ, ਇੱਕ ਜਣਾ ਚੜ੍ਹ ਜਾ ਕਰੋ ਜੀ। ਅੱਛਾ ਅੱਛਾ, ਇੱਕ ਗੱਲ ਦੱਸ। ਹਾਂਜੀ। ਕੁੜੀ ਵਿਆਹੀ ਤਾਂ ਨਹੀਂ ਹੋਈ ਪਹਿਲਾਂ? ਨਾ ਜੀ, ਕਿੱਥੇ, ਬਸ 2-3 ਵਾਰੀ ਭੱਜੀ ਆ ਕਿਸੇ ਦੇ ਨਾਲ। ਫਿਰ ਮੁੜੀ ਕਿਵੇਂ? ਬਾਜੀ ਜਿਹੜਾ ਲੈ ਕੇ ਜਾਂਦਾ ਸੀ ਉਹੀ ਹੱਥ ਜੋੜ ਕੇ ਛੱਡ ਜਾਂਦਾ ਸੀਗਾ। ਫਿਰ ਮੇਰੇ ਵੱਲੋਂ ਵੀ ਹੱਥ ਜੋੜੇ ਦੇਖ ਲੈ, ਤੂੰ ਹੁਣ ਇੱਥੋਂ ਨਿਕਲ ਜਾ, ਮੇਰੀ ਤਾਂ ਸਾਰੀ ਉਮਰ ਛੱਡ ਛਡਾਈ ਦੇ ਵਿੱਚ ਹੀ ਨਿਕਲ ਜਾਊਂਗੀ। ਹੈ, ਜੇ ਕੋਈ ਚੱਜ ਦਾ ਰਿਸ਼ਤਾ ਮਿਲਿਆ ਤਾਂ ਹੀ ਇੱਥੇ, ਨਹੀਂ ਚੱਲ ਦਫਾ ਹੋ ਇੱਥੋਂ। ਪਸੰਦ ਨਹੀਂ ਆਈ ਜੀ? ਪਸੰਦ? ਮੈਂ ਮਾਰੂ ਜੁੱਤੀਆਂ ਤੇਰੇ। ਲੈ ਉਹ ਆ ਗਿਆ, ਚੱਲ ਪੁੱਛੋ ਜਿੰਨੀ ਉਮਰ ਭੋਗ ਕੇ ਮਰੂ, ਬੁਲਾਈਏ ਇਹਨੂੰ, ਸਵਾਦ ਲੈ ਲਾ ਇਹਨੂੰ। ਉਦੋ ਜੀ ਗੱਲ ਸੁਣੀ। ਹਾਂ, ਕੀ ਗੱਲ? ਦੋਜੀ ਤੋਂ ਦੁੱਧ ਪਾਉਣਾ? ਨਾ ਹੋਰ ਕਿਹੜਾ, ਖੀਰ ਪਾਉਣੀ, ਅਸੀਂ ਦੁੱਧ ਹੀ ਪਾਉਣਾ ਤੇਥੋਂ। ਭਾਂਡਾ ਤਾਂ ਹੈ ਨਹੀਂ, ਦੁੱਧ ਗੀਜੇ 'ਚ ਪਵਾ ਕੇ ਲੈ ਕੇ ਜਾਏਗਾ। ਤੂੰ ਵੀ ਪਤੰਦਰਾ ਗੱਲਾਂ 'ਚ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦਾ, ਉਹ ਇਸ਼ਕ ਚੈਨ ਇੰਨੇ ਨਹੀਂ ਹੋਈਦਾ, ਘਾਟਾ ਪੈ ਜਾਂਦਾ। ਮੈਂ ਸੁਣਿਆ ਕੱਲ੍ਹ ਉੱਧਰ ਦੁੱਧ ਵੱਧ ਪਾ ਕੇ ਆਇਆ ਤੂੰ। ਉਹ ਫਿਰ ਕੀ ਹੋ ਗਿਆ, ਮੈਂ ਤਾਂ 2 ਕਿਲੋ ਦੁੱਧ ਹੀ ਵੱਧ ਪਾਇਆ, ਤੁਹਾਡੇ ਵਰਗੇ ਇਸ ਕੰਮ 'ਚ ਜ਼ਮੀਨਾਂ ਫੂਕ ਦਿੰਦੇ ਨੇ। ਓਏ ਸਾਡਾ ਕੁਛ ਨਹੀਂ ਜਾਣਾ, ਤੂੰ ਮਾਂਜਾ ਜਾਣਾ। ਉਹ ਸਗੋਂ ਮੇਰਾ ਕੁਛ ਨਹੀਂ ਜਾਣਾ, ਤੁਸੀਂ ਮਾਂਜੇ ਜਾਓਗੇ। ਉਹ ਮੈਂ ਤਾਂ ਦੁੱਧ ਪਾਣੀ ਪਾ ਕੇ ਵੀ ਪੂਰਾ ਕਰ ਲੂੰ, ਤੁਸੀਂ ਮਿੱਟੀ ਦੀਆਂ ਟਰਾਲੀਆਂ ਪਾ ਕੇ ਪੂਰੀ ਕਰੋਗੇ ਜ਼ਮੀਨ? ਉਹ ਨਾਲੇ ਤੇਰਾ ਤਾਂ ਪਤਾ ਹੀ ਹੈ ਮੈਨੂੰ, ਜਿਹੜਾ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਨੂੰ ਫਿਰਦਾ ਨਾ ਤੂੰ, ਉਹ ਬਿਜਲੀ ਲਿਸ਼ਕਦੀ ਹੈ, ਚੰਗੀ ਲੱਗਦੀ ਹੈ, ਜਿੱਦੇ ਉੱਤੇ ਡਿੱਗ ਪਈ ਨਾ ਥਾਂ ਹੀ ਝੁਲਸਾ ਜਾਏਗਾ। ਹੋਰ ਲੈ ਪੰਗਾ ਇਹਦੇ ਨਾਲ। ਜਾ ਬਾਬਾ, ਤੂੰ ਦੁੱਧ ਪਾਇਆ। ਉਹ ਬਾਬਾ ਨੀ, ਚਾਚਾ ਲੱਗਦਾ ਤੇਰਾ, ਯਾਦ ਰੱਖਿਆ ਕਰ। ਲੈ ਲਾ ਸਵਾਦ। ਇਹ ਨਿੰਮੋ, ਮੇਰਾ ਕੁੜਤਾ ਸੀ ਉਹ ਕਿੱਥੇ ਹੈ? ਡੈਡੀ ਜੀ, ਉਹ ਤਾਂ ਮੈਂ ਅੰਦਰ ਰੱਖਿਆ ਈ। ਉਹ ਮੈਂ ਟੋਲਦਾ ਮਰ ਗਿਆ ਝੋਲੇ ਚ, ਜਾ ਲਿਆ ਦਿਖਾ ਮੈਨੂੰ, ਦੇਖ ਕੇ ਭੁੱਖ ਲੈਂਦੀ ਹੈ। ਆਹੋ। ਓ ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਜੀ। ਕੀ ਗੱਲ, ਕਿੱਥੇ ਦੀ ਤਿਆਰੀ, ਕਿੱਧਰ ਨੂੰ ਚੱਲੇ? ਮੈਂ ਕਿੱਧਰ ਜਾਣਾ ਹੈ? ਤੁਸੀਂ ਚੱਲੋ, ਤੂੰ ਕੀ ਦੇਖਦਾ ਬਿਟਰ ਬਿਟਰ,
ਤੂੰ ਵੀ ਚੱਲ ਸਾਲਿਆ। ਓ ਚਾਚਾ ਕਮਾਲ ਹੈ, ਤੂੰ ਤਾਂ ਜਾਣੀ ਜਾਣਾ, ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ? ਔਰ ਇਹੀ ਤਾਂ ਤੈਨੂੰ ਅੱਜ ਦੇਖਣਾ ਹੈ ਆਪਦੀ ਭੈਣ ਵਾਸਤੇ। ਸੱਚੀ? ਹਾਂ। ਫਿਰ ਦੇਖਦੇ ਕੀ ਹੋ, ਬੈਠੋ। ਬੈਠਦੇ। ਓਏ ਇੱਥੇ ਕਿਉਂ ਬਹਿ ਗਿਆ ਪਤੰਦਰਾ? ਮੈਂ ਤੈਨੂੰ ਬੈਠਣ ਨੂੰ ਕਿਹਾ, ਜੰਗਲ ਪਾਣੀ ਜਾਣ ਨੂੰ ਨਹੀਂ ਕਿਹਾ। ਇੱਥੇ ਬੈਠ, ਇੱਧਰ ਆ ਜਾ। ਅੱਛਾ ਜੀ। ਨਿੰਮੋ, ਚਾਹ ਪਾਣੀ ਲਿਆਈ? ਹਾਂਜੀ ਡੈਡੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਐਦਾਂ ਕਿਉਂ ਝਾਂਕਦਾ ਹੈ? ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ, ਬਸ ਐਂ ਅੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ। ਇਹਦਾ ਮਤਲਬ ਮੈਂ ਝੋਟਾ ਹੈ? ਨਹੀਂ ਜੀ, ਦਰਅਸਲ ਇਹ ਬਚਪਨ ਦੇ ਵਿੱਚ ਸੀ ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ। ਇਹਦੀਆਂ ਡਰ ਨਾਲ ਅੱਖਾਂ ਐਂ ਅੱਡੀਆਂ ਰਹਿ ਗਈਆਂ ਜੀ, ਬਸ ਇੱਥੇ ਐਡਜਸਟ ਹੋ ਗਈਆਂ। ਇਹਦੀ ਭੈਣ ਦੀ ਮਗਰ ਤਾਂ ਨਹੀਂ ਕੋਈ ਡੰਗਰ ਪਿੱਛਾ ਪਿਆ? ਕਿਤੇ ਉਹਦੀਆਂ ਵੀ ਅੱਖਾਂ ਐਂ ਹੋਣ? ਨਹੀਂ ਜੀ ਨਹੀਂ, ਉਹ ਤਾਂ ਠੀਕ ਹੈ ਜੀ। ਸਿਆਣਿਆਂ ਨੇ ਕਿਹਾ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰੀ ਹੈ। ਇਹ ਕਿਹਨੇ ਕਹਿਤਾ ਜੀ? ਤੁਹਾਡੇ ਘਰ 'ਚ ਲੱਗਦਾ ਤਾਂ ਹੈ ਨਹੀਂ ਸਿਆਣਾ ਕੋਈ। ਮੈਂ ਬਿਨਾਂ ਸਿਆਣਿਆਂ ਤੋਂ ਹੋ ਗਿਆ, ਮੇਰੀ ਬੇਬੇ ਕਹਿੰਦੀ ਹੁੰਦੀ ਸੀ। ਅੱਛਾ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਲਓ ਜੀ ਫਿਰ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਤੁਸੀਂ ਤਾਂ ਰੱਬ ਦਾ ਨਾਂ ਲਓ। ਲੈ ਲਿਆ ਜੀ। ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ। ਹਾਂਜੀ, ਮੈਂ ਤਾਂ ਲੈ ਲਿਆ ਸੀ। ਚਲੋ ਫਿਰ, ਮੇਰਾ ਵੀ ਹੋ ਗਿਆ। ਹਾਂਜੀ, ਚੱਲ ਬੂਟੇ ਤੂੰ, ਮੈਂ ਆਉਣਾ। ਆ ਹੋਰ ਲੈ ਚੱਕ, ਇਹ ਕਿਹੜਾ ਹਜਮ ਹੋਣਾ ਕਿਸੇ ਦੇ। ਧੀਏ ਤੂੰ ਵੀ ਚੱਲ। ਚਲੋ ਜੀ ਫਿਰ ਤਾਂ ਮੈਂ ਵੀ ਚੱਲਦਾ। ਇੱਕ ਮਿੰਟ, ਇਹ ਆ ਫੜੋ। ਇਹ ਸ਼ਗਨ ਦੇ ਰਿਹਾ ਚਾਚਾ? ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ। ਇਹ ਸ਼ਗਨ ਨਹੀਂ, ਡਾਕਟਰ ਦੀ ਫੀਸ ਹੈ, ਮੁੰਡੇ ਦਾ ਇਲਾਜ ਕਰਾਓ। ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ, ਨਹੀਂ ਕਢਾਈ ਛੱਡੋ। ਐ ਘੂਰਦਾ ਮੇਰੇ ਅੰਨੀ ਬਈ, ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ, ਉਹਨੂੰ ਕੱਟ ਕੇ ਲਿਜਾਣਾ। ਠੀਕ ਹੈ ਜੀ, ਕਰਾ ਲਿਓ ਇਲਾਜ। ਹਾਂਜੀ, ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਜੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਕਿਹਨੂੰ ਚੱਕ ਲਿਆ ਅੱਜ? ਇਹ ਡਾਕਟਰ ਸਾਹਿਬ ਹੈ ਜੀ। ਕਿਉਂ, ਡਾਕਟਰ ਨੇ ਮੇਰੀ ਸਾਈਕਲ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਣੀਆਂ? ਨਾਲੇ ਇਹ ਕਾਹਦਾ ਡਾਕਟਰ ਹੈ? ਉਹ ਇਹਨੂੰ ਕਹਿ ਇਹ ਗਲੂਕੋਸ ਲਵਾਵੇ, ਮਾੜਾ ਮੋਟਾ ਰੰਗ ਨਿਖਰੇ ਇਹਦਾ। ਨਹੀਂ ਜੀ, ਡਾਕਟਰ ਸਾਹਿਬ ਨੇ ਤੁਹਾਡੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਜੀ। ਮੇਰੇ ਰਿਸ਼ਤੇ ਬਾਰੇ? ਹਾਂਜੀ। ਹੈ? ਹਾਂਜੀ। ਸੱਚੀ? ਆਜੋ ਫਿਰ ਬਹਿ ਜਾਓ, ਫਿਰ ਤਾਂ ਪੜ੍ਹੇ ਲਿਖੇ ਖਾਨਦਾਨ ਦੀ ਕੁੜੀ ਹੈ। ਬੈਠੋ ਡਾਕਟਰ ਸਾਹਿਬ, ਬੈਠੋ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ, ਖਾਨਦਾਨ ਕਿਹੋ ਜਿਹਾ ਹੈ ਉਹਨਾਂ ਦਾ? ਬਹੁਤ ਚੰਗੀ ਨਸਲ ਦੀ ਹੈ ਜੀ। ਮਤਲਬ ਚੰਗੇ ਘਰੋਂ ਹੈ ਜੀ, ਖਾਂਦੇ ਪੀਂਦੇ ਘਰ ਦੀ ਹੈ। ਇਹ ਤਾਂ ਬਹੁਤ ਵਧੀਆ ਗੱਲ। ਹਾਂਜੀ, ਰੰਗ ਕਿਹੋ ਜਿਹਾ? ਭੂਰੇ ਰੰਗ ਦੀ ਹੈ ਜੀ। ਭੂਰੇ? ਅੱਛਾ, ਫਿਰ ਤਾਂ ਮੈਨੂੰ ਮੁਰਗੀ ਲੱਗਦੀ ਹੋਣੀ। ਹਾਂਜੀ, ਅੰਗਰੇਜ਼ੀ ਵੀ ਬੋਲਦੀ ਹੈ। ਅੰਗਰੇਜ਼ੀ? ਚਲੋ ਮਾੜਾ ਮੋਟਾ ਤਾਂ ਮੈਂ ਵੀ ਸਮਝ ਜਾਂਦਾ ਹਾਂ ਅੰਗਰੇਜ਼ੀ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ,
ਸਵਾ ਕਿਹਾ ਚਾਹੇ ਉਹਨਾਂ ਦਾ, ਬਸ ਸਿੰਘਾਂ ਦੇ ਚੱਕ ਲੈਂਦੀ ਹੈ ਜੀ। ਮਤਲਬ ਓਪਰੇ ਬੰਦੇ ਨੂੰ ਨਿੱਕਰੇ ਬਣ ਦਿੰਦੀ ਜੀ, ਚਾਰੇ ਪੈਰ ਚੱਕ ਕੇ ਪੈ ਜਾਂਦੇ ਵੀ ਤੂੰ ਬੜਿਆ ਕਿਵੇਂ ਇੱਥੇ। ਹਾਂਜੀ ਓਪਰਾ ਕੋਈ ਵੀ ਬੰਦਾ ਹੋਵੇ, ਹਾਂਜੀ ਮੈਨੂੰ ਇਹੀ ਜੀ ਚਾਹੀਦੀ ਹੈ। ਮੇਰਾ ਨਾ ਸਵਾ ਥੋੜਾ ਠੰਡਾ ਮਿੱਠਾ ਜਾਏ, ਸਾਰੇ ਪਿੰਡ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਆ। ਇੱਕ ਗੱਲ ਤਾਂ ਦੱਸਿਓ ਡਾਕਟਰ ਸਾਹਿਬ, ਉਮਰ ਕਿਹੀ ਜੀ ਹੈ ਉਹਨਾਂ ਦੀ? ਬਸ ਉਮਰ ਕਿਹੜੀ ਹੈ ਜੀ, ਪਹਿਲੇ ਸੂਏ ਤਾਂ ਹੈ। ਬਸ ਉਹ ਜਿਹੜਾ ਪਹਿਲਾਂ ਹੀ ਸੂਆ ਲੱਗਦਾ ਹੁੰਦਾ ਜੀ ਇੱਥੇ ਬਚਪਨ ਦੇ ਵਿੱਚ ਲੋਦੇ ਵਾਲਾ, ਉਹੀ ਲੱਗਿਆ ਜੀ, ਮੁੜ ਕੇ ਮਾਂ ਦੀ ਧੀ ਬਿਮਾਰ ਹੀ ਨਹੀਂ ਹੋਈ। ਜਮਾ ਮੇਰੇ ਤੇ ਗਈ ਹੈ, ਮੇਰੇ ਵੀ ਬਸ ਇੱਕੋ ਸੂਆ ਲੱਗਿਆ ਸੀਗਾ ਇੱਥੇ, ਮੈਂ ਵੀ ਮੁੜ ਕੇ ਕਦੇ ਬਿਮਾਰ ਨਹੀਂ ਪਿਆ। ਹਾਂਜੀ ਤੁਹਾਡੇ ਤਾਂ ਬੋਰੀਆਂ ਸਿਆਉਣ ਵਾਲਾ ਲੱਗਿਆ ਸੀ ਨਾ ਡਾਕਟਰ ਸਾਹਿਬ। ਨੈਣ ਨਕਸ਼ ਕਿਹੋ ਜਿਹੇ ਆ ਉਹਨਾਂ ਦੇ? ਅੱਡੀ ਮੋਟੀ ਅੱਖ ਆ ਜੀ, ਅੱਖ ਛੋਟੀ ਕਰ ਲੈ, ਐਡੀ ਹੈ ਜੀ। ਐਡੀ ਅੱਖ ਤਾਂ ਮੱਝ ਦੀ ਹੁੰਦੀ ਹੈ, ਤੇ ਅਸੀਂ ਮੱਝ ਦੀ ਗੱਲ ਹੀ ਕਰਦੇ ਹਾਂ ਜੀ। ਖੜ ਜਾ ਤਰੀ ਭੱਜ ਲੈ, ਇਸ ਵਾਰ ਭਾਈ ਚੰਗਾ ਬੋਲ ਦੇ ਨਿਕਲ ਨਿਕਲ। ਹੁਣ ਅਸੀਂ ਡੰਗਰਾਂ ਜੋਗੇ ਰਹਿ ਗਏ। ਚਾਚਾ ਘਰ ਹੀ ਹੈ? ਨਹੀਂ ਬਠਿੰਡੇ ਗਿਆ ਹੋਇਆ ਮੈਂ, ਤੈਨੂੰ ਕਿੰਨੀ ਵਾਰ ਸਮਝਾਇਆ ਇੱਥੇ ਨਾ ਬੜਿਆ ਕਰ, ਹੁਣ ਕਿਹਨੂੰ ਚੱਕ ਲਿਆ ਆਪਣੇ ਨਾਲ, ਦਫਾ ਹੋ ਇੱਥੋਂ। ਇਹ ਤਾਂ ਫੌਜੀ ਹੈ ਜੀ। ਫੌਜੀ? ਇਹ ਤਾਂ ਰਮ ਦੇਣ ਆਇਆ ਮੈਨੂੰ। ਨਹੀਂ ਜੀ ਰਿਸ਼ਤਾ ਲੈ ਕੇ ਆਇਆ ਜੀ। ਰਿਸ਼ਤਾ? ਹਾਂਜੀ ਆ ਜਾ ਇੱਥੇ ਬਹਿ ਜਾ। ਇਹਦੀ ਭੂਆ ਹੈ ਜੀ। ਪਹਿਲਾਂ ਤੂੰ ਉਹ ਡੰਗਰ ਡਾਕਟਰ ਚੱਕ ਲਿਆ ਸੀ ਜਿਹੜਾ ਮੱਝ ਦਾ ਰਿਸ਼ਤਾ ਲਿਆਇਆ ਸੀ, ਹੁਣੇ ਫੌਜੀ ਲਿਆ, ਇਹ ਤੋਪ ਦਾ ਰਿਸ਼ਤਾ ਕਰੂਗਾ ਮੇਰੇ ਨਾਲ? ਨਹੀਂ ਜੀ ਤਾਂ ਆਪਦੀ ਸਗੀ ਭੂਆ ਦਾ ਕਰਾਊਗਾ ਜੀ। ਓਏ ਜਦੋਂ ਭੂਆ ਵੱਡੀ ਉਮਰ ਦੀ ਹੋ ਗਈ ਹੁਣ ਮੇਰੇ ਗਲਮਣ ਨੂੰ ਫਿਰਦੇ ਆ ਇਹ। ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ, ਤੁਸੀਂ ਕਿਹੜਾ ਚੁੰਗਣੀ ਪਾਈ ਹੈ ਮੂੰਹ ਚ? ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਂ ਪਿਓ ਦੀ ਡੈਥ ਹੋ ਗਈ ਸੀ ਤੇ ਭੂਆ ਨਹੀਂ ਪਾਲੇ ਆ ਜੀ ਇਹ, ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ ਭੂਆ ਦਾ ਵੀ ਵਿਆਹ ਕਰ ਦਈਏ। ਹਾਂਜੀ ਫੌਜੀ ਸਾਹਿਬ। ਜਵਾਨ ਸਟੈਂਡ ਅਪ, ਖੜੇ ਹੋਣ ਨੂੰ ਕਹਿ ਰਿਹਾ ਜੀ। ਕਿਉਂ ਕੱਦ ਨਾਪਣਾ ਹੈ ਮੇਰਾ? 5'10" ਕੱਦ ਹੈ ਜੀ, 85 ਕਿਲੋ ਭਾਰ ਹੈ। ਜਵਾਨ ਛਾਤੀ ਚੌੜੀ ਕਰ। ਬਈ ਜਿੰਨੀ ਕੁ ਰੱਬ ਨੇ ਦਿੱਤੀ ਹੈ ਉਨੀ ਤਾਂ ਚੌੜੀ ਕੀਤੀ ਹੈ, ਹੋਰ ਉੱਤੋਂ ਮੈਂ ਟਰੈਕਟਰ ਲੰਘਾ ਲਾ। ਜਵਾਨ ਸਾਵਧਾਨ, ਐਸ ਦੋਜੀ ਤੋਂ ਤਾਂ ਅਸੀਂ ਹਮੇਸ਼ਾ ਹੀ ਸਾਵਧਾਨ ਰਹੀਦਾ ਹੈ ਜੀ। ਸਾਨੂੰ ਰਿਸ਼ਤਾ ਮਨਜ਼ੂਰ ਆ ਫੁੱਫੜ ਜੀ। ਅੱਛਾ ਧੀਏ ਚਾਹ ਲੈ ਕੇ ਆ। ਚਾਚਾ ਕੁੜੀਆਂ ਨੂੰ ਬਗਾਨੇ ਬੰਦਿਆਂ ਦੇ ਮੂਹਰੇ ਬੁਲਾਉਂਦੇ ਚੰਗੇ ਲੱਗਦੇ? ਮੈਂ ਲੈ ਕੇ ਆਉਣਾ। ਫਿਰ ਐ ਕਰੀ, ਹਾਂਜੀ ਚਾਹ ਦੇ ਨਾਲ ਨਾ ਮਾੜਾ ਮੋਟਾ ਮਿੱਠਾ ਵੀ ਲੈ ਆਈ। ਠੀਕ ਹੈ, ਡੰਗਰਾਂ ਨਾਲ ਰਹਿ ਕੇ ਤੂੰ ਵੀ ਸਿਆਣਾ ਹੋ ਗਿਆ ਹੁਣ। ਬਸ ਇਹੀ ਤਾਂ ਫਾਇਦਾ ਜੀ ਤੁਹਾਡੇ ਨਾਲ ਰਹਿਣ ਦਾ। ਕਿਵੇਂ ਆ ਨਿੰਮੀਏ, ਕਿਹੜੀਆਂ ਸੋਚਾਂ 'ਚ ਫਿਰਦੀ ਹੈ? ਓਏ ਉੱਧਰ ਦੀ ਆ ਜਾ, ਹਮੇਸ਼ਾ ਪਾਕਿਸਤਾਨ ਵਾਲੇ ਪਾਸੇ ਮਿਲਦੀ ਹੈ ਮੈਨੂੰ। ਮੈਂ ਠੀਕ ਹਾਂ। ਨੇੜੇ ਤਾਂ ਹੋ ਜਾ ਯਾਰ, ਤੇਰਾ ਬਾਪੂ ਕਹਿ ਜਾ ਮੈਨੂੰ ਗਦੀ ਗੇਟ 'ਚ ਹੀ ਪਾਰਖਿਆ ਨੇ ਤਾਂ। ਦੇਖ ਗਦੀ ਗੇਟ ਦਾ ਤਾਂ ਮੈਨੂੰ ਪਤਾ ਨਹੀਂ, ਤੂੰ ਫਟਾਫਟ ਮੇਰੇ ਡੈਡੀ ਨੂੰ ਮਨਾ ਲਾ, ਕਿਤੇ ਮੇਰੀ ਵਿਆਹ ਦੀ ਉਮਰ ਲੰਘ ਜੇ। ਉਹ ਮੇਰੀ ਕਿਹੜਾ ਖੜੀ ਹੈ, ਮੇਰੀ ਵੀ ਤਾਂ ਲੰਘੀ ਰਹੀ ਹੈ, ਸੁੱਖ ਨਾਲ ਤੇਰੇ ਨਾਲ ਚਾਰ ਕਦਮ ਮੂਹਰੀ ਚੱਲ ਰਹੀ ਹੈ। ਚੱਲ ਛੱਡ, ਕਿਉਂ ਪਾਥੀ ਵਰਗਾ ਮੂੰਹ ਕੀਤਾ, ਮੈਂ ਤਾਂ ਮਜ਼ਾਕ ਕਰਦੀ ਸੀ। ਜਿਹੜਾ ਟਾਈਮ ਮਿਲਦਾ ਉਹ ਤੂੰ ਮਜ਼ਾਕ ਚ ਲੰਘਾ ਦਿੰਨੀ ਹੈ, ਘੱਟ ਤੋਂ ਘੱਟ ਇਸ ਟਾਈਮ ਤਾਂ ਪਿਆਰ ਦੀਆਂ ਗੱਲਾਂ ਕਰ ਲਿਆ ਕਰ। ਦੋ ਮਾਰ ਫਿਰ ਕੋਈ ਕੱਦੂ ਚ ਤੀਰ, ਆਪਣਾ ਵਿਆਹ ਹੋ ਜੇ ਛੇਤੀ ਛੇਤੀ। ਉਹ ਜੇ ਮੇਰੇ ਬਸ ਹੋਵੇ ਕੱਦੂ ਚ ਤਾਂ ਕੀ, ਮੈਂ ਤਾਂ ਤੇਰੇ ਬਾਪੂ ਦੇ ਢਿੱਡ ਚ ਵੀ ਮਾਰਾਂ।
ਉਹ ਲੋਕਾਂ ਦੇ ਪਿਓ ਹੁੰਦੇ ਆ, ਉਹਨਾਂ ਨੂੰ ਫਿਕਰ ਹੁੰਦਾ ਆਪਦੀ ਧੀ ਦੀ ਡੋਲੀ ਤੋਰਨ ਦਾ, ਉਧਰੋਂ ਤੇਰੇ ਵਾਲਾ ਬਾਪੂ ਆ ਉਹ ਆਪਦਾ ਡੋਲਾ ਲਿਆਉਣ ਨੂੰ ਫਿਰਦਾ। ਚਲੋ ਫੋਜ ਸਾਹਿਬ ਚੱਲੀਏ। ਕੀ ਗੱਲ, ਚਾਹ ਨਹੀਂ ਪੀਣੀ? ਨਹੀਂ ਜੀ, ਸਲਾਹੀ ਬਣ ਗਈ ਸੀ ਜੀ। ਕਾਹਤੇ? ਵੀ ਇਹ ਚਾਹ ਤਾਂ ਪੀਂਦੇ ਨੀ ਜੀ, ਰਾਮੀ ਪੀਂਦੇ ਆ। ਅੱਛਾ ਅੱਛਾ ਅੱਛਾ, ਫਿਰ ਰਿਸ਼ਤਾ ਪੱਕਾ ਸਮਝਾ। ਲੈ ਫੁੱਫੜ ਦਾ ਕਹਿਤਾ ਜੀ ਮੁੰਡੇ ਨੇ ਤੁਹਾਨੂੰ, ਹੋਰ ਹੁਣ ਰਿਸ਼ਤਾ ਸਮਿੰਟ ਨਾਲ ਪੱਕਾ ਕਰਨਾ। ਤੁਸੀਂ ਐਂ ਕਰੋ, 2000 ਰੁਪਇਆ ਕੱਢੋ ਜੀ। ਕਾਹਦੇ ਵਾਸਤੇ? ਇਹਨੂੰ ਰੰਮ ਦੀ ਬੋਤਲ ਨਹੀਂ ਪਿਉਣੀ? ਇਹ ਬੋਤਲ ਹੀ ਲੈ ਕੇ ਦੇਣੀ ਹੈ ਕਿ ਪੂਰੀ ਪੇਟੀ ਲੈ ਕੇ ਦੇਣੀ ਹੈ? ਨਾਲ ਮੁਰਗਾ ਵੀ ਜੀ, ਗਿਣ ਕੇ ਰੱਖਦੇ ਜੀ। ਹਾਂ, ਜਵਾਨ ਪਿੱਛੇ ਮੁੜੇਂਗੇ ਪਿੱਛੇ ਮੁੜ। ਤੂੰ ਨਹੀਂ ਮੁੰਡਿਆ ਪਿੱਛੇ? ਨਹੀਂ, ਕੱਲੇ ਜਵਾਨ ਨਹੀਂ ਕਹੇ ਨਾ ਜੀ। ਦਾਏ ਸੇ ਤੇਜ ਚਲੇਂਗੇ ਤੇਜ ਚਲ। ਸਤਿ ਸ਼੍ਰੀ ਅਕਾਲ ਜੀ। ਇਹ ਦੂਜੀ ਵੀ ਕਦੇ ਕੋਈ ਸਿੱਧਾ ਕੰਮ ਨਹੀਂ ਕਰਦਾ। ਮੈਂ ਇਹਨੂੰ ਸਿਰੇ ਬੰਨ ਕੇ ਲਿਆਉਣਾ ਸੀਗਾ, ਇਹ ਚੁੰਨੀ ਚੜਾ ਕੇ ਹੀ ਲਿਆ। ਆਓ ਜੀ, ਆਓ ਜੀ। ਸਤਿ ਸ਼੍ਰੀ ਅਕਾਲ ਜੀ। ਲੋਕੀ ਕੀ ਕਹਿਣਗੇ ਬਈ ਸਾਧੂ ਕੁੜੀ ਭਜਾ ਕੇ ਲਿਆ ਕਰੇ? ਤੁਸੀਂ ਲੋਕਾਂ ਦਾ ਫਿਕਰ ਨਾ ਕਰੋ ਜੀ, ਲੋਕਾਂ ਨੂੰ ਸਭ ਪਤਾ ਜੀ ਵੀ ਤੁਹਾਡੇ ਤੋਂ ਤੁਰਿਆ ਤਾਂ ਜਾਂਦਾ ਨੀ, ਭਜਾ ਕੇ ਕਿੱਥੇ ਲੈ ਕੇ ਆਉਂਗੇ? ਨਾਲੇ ਇਹ ਭੂਆ ਨੀ ਹੈਗੀ ਜੀ, ਮੁੰਡੇ ਦੀ ਮਾਸੀ ਹੈ ਜੀ। ਭੂਆ ਵਾਸਤੇ ਆਹ ਘਰ ਬਾਰ ਦੇਖਣਾ ਹੈ ਜੀ ਆਪਣਾ। ਅੱਛਾ 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 ਅੱਛਾ। ਹਾਂਜੀ, ਦੇਖੋ ਜੀ, ਗੱਲਬਾਤ ਕੀ ਦੱਸਾਂ ਤੁਹਾਨੂੰ, ਉਹ ਤਾਂ ਰੱਬ ਦਾ ਦਿੱਤਾ ਸਭ ਕੁਛ ਹੈ ਸਾਡੇ ਕੋਲ। ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈ, ਇੱਕ ਮੇਰੀ ਭਤੀਜੀ ਹੈ, ਇੱਕ ਮੈਂ, ਕੋਈ ਵੱਡੀ ਕਬੀਲਦਾਰੀ ਨਹੀਂ ਹੈ। ਮੈਂ ਕਿਹਾ ਜੀ, ਕੁੜੀ ਦੇ ਮਾਂ ਪਿਓ ਕਿੱਥੇ ਸੁੱਖ ਨਾਲ ਦਿਖਦੇ ਨਹੀਂ। ਇਹ ਕਿਹੜੀ ਗੱਲ ਪੁੱਛ ਲਈ ਤੁਸੀਂ? ਦੇਖੋ, ਸਾਡੀ ਨਿੰਮੋ 4 ਸਾਲਾਂ ਦੀ ਸੀਗੀ ਜਦੋਂ ਇੱਕ ਸੜਕ ਹਾਦਸੇ 'ਚ ਮੇਰਾ ਭਾਈ ਅਤੇ ਭਰਜਾਈ, ਜਾਣੀ ਕਿ ਇਹਦੇ ਮੰਮੀ ਡੈਡੀ, ਦੋਵੇਂ ਰੱਬ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ ਮੈਂ ਹੀ ਇਹਦਾ ਮਾਂ ਹੈ, ਮੈਂ ਹੀ ਇਹਦਾ ਪਿਓ ਹੈ। ਇਹਦੇ ਪਾਲਣ ਪੋਸ਼ਣ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਵਿਆਹ ਦੀ ਉਮਰ ਕਦੋਂ ਲੰਘ ਗਈ ਮੇਰੀ। ਚਾਚਾ, ਹੁਣ ਤੇਰੀ ਤਾਂ ਉਮਰ ਲੰਘ ਗਈ, ਕਿਤੇ ਨਿੰਮੋ ਦੀ ਮਨਾ ਲੰਘਾ ਦੇ। ਮੈਂ ਕਿਹਾ ਜੀ, ਮੁੰਡੇ ਨੇ ਕਿੰਨੀ ਸਿਆਣੀ ਗੱਲ ਕੀਤੀ ਆ, ਹਨਾ। ਵਿਆਹ ਦੀ ਤਾਂ ਉਮਰ ਲੰਘਣੀ ਨਹੀਂ ਚਾਹੀਦੀ, ਵਿਆਹ ਤਾਂ ਟਾਈਮ ਸਿਰ ਹੀ ਹੋਣਾ ਚਾਹੀਦਾ। ਤੂੰ ਕੱਦੂ ਚ ਕਹਿੰਦੀ ਸੀ, ਹੁਣ ਤਾਂ ਭਿੰਡੀ ਲਿਆਤੀ ਤੇਰੇ ਬਾਪੂ ਨੂੰ। ਨਹੀਂ ਤਾਂ ਫਿਰ ਮੇਰੇ ਵਾਂਗੂ ਜ਼ਿੰਮੇਵਾਰੀਆਂ ਨਿਭਾਉਂਦੀ ਨਿਭਾਉਂਦੀ ਜੀ। ਦੇਖੋ ਜੀ, ਤੁਸੀਂ ਜ਼ਿਆਦਾ ਚੀ ਚੀ ਨਾ ਕਰੋ, ਨਹੀਂ ਮੇਰਾ ਇੱਥੇ ਜੀ ਲੱਗ ਜਾਣਾ। ਤੁਹਾਡਾ ਤਾਂ ਜੀ ਲੱਗ ਗਿਆ ਜੀ, ਹੁਣ ਨਿੰਮੋ ਦਾ ਜੀ ਲਵਾਉਣ ਵਾਲਾ ਵੀ ਲਿਆਓ ਕੋਈ। ਲਓ ਜੀ, ਗੱਲਾਂ ਗੱਲਾਂ ਚ ਮੈਂ ਚਾਹ ਪਾਣੀ ਪੁੱਛਣਾ ਭੁੱਲ ਗਿਆ। ਚਾਹ ਪਾਣੀ ਦੀ ਕਿਹੜੀ ਗੱਲ ਹੈ ਜੀ, ਛੜੇ ਬੰਦੇ ਸਾਹਮਣੇ ਸੋਹਣੀ ਜਨਾਨੀ ਆ ਜੇ, ਛੜਾ ਬੰਦਾ ਸਾਹ ਲੈਣਾ ਭੁੱਲ ਜੇ। ਹੱਥ ਐ ਕਰ ਲਓ ਜੀ, ਮਾਰਨਾ ਇਧਰ ਮੇਰੇ ਪੈਰੇ।